ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੂੰ ਕੌਣ? ਲਾਈਟ ਹੈਗੀ ਆ 9:40 ਤੇ ਸਮਾਂ ਹੋਇਆ 5:40, 4 ਘੰਟੇ ਰਹਿ ਗਏ। ਸੋ ਆਪਾਂ ਚੱਲਦੇ ਹਾਂ, ਏਅਰਪੋਰਟ ਨੂੰ ਜਾਣ ਤਾਂ 10-15 ਮਿੰਟ ਹੀ ਲੱਗਦੇ ਆ, ਅਤੇ ਉਹ ਤੋਂ ਬਾਅਦ ਫਿਰ ਜਿੰਨੀ ਛੇਤੀ ਹੋ ਸਕੇ ਫਿਰ ਅਸੀਂ ਵੀ ਮੁੜ ਆਵਾਂਗੇ ਛੇਤੀ, ਅਤੇ ਮੈਕ ਦਾ ਕੰਮ ਵੀ ਹੋ ਜੂਗਾ, ਚੈਕਿੰਗ ਕਰਾ ਕੇ ਆਪਾਂ ਟੈਚ ਟੁੱਚੀ ਕਰਾ ਕੇ ਫੇਰ ਆ ਜਾਵਾਂਗੇ ਅਤੇ ਚੱਲੀਏ ਹੁਣ ਆਪਾਂ ਛੇਤੀ ਛੇਤੀ। ਓਕੇ ਜੀ, ਹਾਂਜੀ ਟੈਚੀ ਆਪਣੇ ਥੋੜ੍ਹੀ ਨੇ, ਇਸ ਲਈ ਕੋਈ ਹੈਸਲ ਨਹੀਂ ਹੈਗੀ ਬਾਰੇ। ਦੈਟਸ ਇਟ। ਪਹੁੰਚ ਗਏ ਜੀ ਏਅਰਪੋਰਟ 'ਤੇ, ਪਰ ਪਹੁੰਚੇ ਦੂਜੀ ਵਾਰ, ਕਿਉਂਕਿ ਪਹਿਲੀ ਵਾਰ ਅਸੀਂ ਪਾਰਕਿੰਗ ਮਿਸ ਕਰ ਗਏ ਸੀਗੇ, ਅਤੇ ਐਤਕੀ ਸ਼ਾਇਦ ਸਾਨੂੰ ਪਾਰਕਿੰਗ ਦਾ ਪਤਾ ਵੀ ਕਿੱਥੇ ਆ। ਆ ਜਾਓ, ਨਿਕਲ ਜਾਓ, ਨਿਕਲ ਜਾਓ, ਨਿਕਲ ਜਾਓ। ਹੁਣ ਲੱਗੀ ਆ ਜੀ ਐਂਟਰ ਪਾਰਕਿੰਗ। ਆਪਾਂ ਆਪਣੀ ਟੈਚੀ ਲੈ ਕੇ ਚੱਲਦੇ ਹਾਂ। ਹਾਂਜੀ, ਇੱਧਰ ਹੀ ਆਏ ਸੀਗੇ ਆਪਾਂ ਜੀ। ਇੱਕ ਮੰਜ਼ਲ ਥੱਲੇ ਜਾਣਾ ਪੈਣਾ, ਆਪਾਂ ਇੱਕ ਮੰਜ਼ਲ ਉੱਪਰ ਫਿਰਦੇ ਹਾਂ, ਉਹ ਸਾਹਮਣੇ ਵਾਲੇ ਗੇਟ 'ਤੇ ਜਾਣਾ। ਲਿਫਟਾਂ ਲੁਫਟਾਂ ਲੱਗੀਆਂ ਹੋਈਆਂ ਨੇ, ਕੰਮ ਸੌਖਾ, ਅਤੇ ਸਾਨੂੰ ਇੱਧਰ ਟਰਾਲੀ ਵੀ ਮਿਲ ਗਈ, ਇਹਦੇ ਕਰਕੇ ਹੋਰ ਈਜ਼ੀ ਹੋ ਗਿਆ ਕੰਮ। ਇਹ ਚੌਥਾ ਭਤੀਜੇ 'ਤੇ ਜਾਣਾ ਨਾ। ਯੈਪ, ਮੈਂ ਕਾਫੀ ਡਰਾਈਵ ਕਰ ਰਹੀ ਆ, ਹਾਲਾਂਕਿ ਇਹਦੀ ਲੱਤ ਦੁਖਦੀ ਆ, ਪਰ ਇਹ ਕਹਿੰਦੀ ਮੇਰੇ ਨਾਲ ਸਪੋਰਟ ਵੀ ਹੋ ਜਾਂਦਾ ਅਤੇ ਭੱਜਿਆ ਵੀ ਜਾਂਦਾ। ਅਰਾਈਵਲ 'ਚ ਕੌਣ ਆ ਰਿਹਾ ਵੀ ਅੱਜ, ਸਾਰਾ ਪਿੱਛੇ ਤੱਕ ਭਰਿਆ ਹੋਇਆ। ਇਤਿਹਾਸ ਵਾਲੀ ਜੀ ਐਂਡ 'ਤੇ ਆ ਜਿੱਥੇ ਅਸੀਂ ਪਹੁੰਚੇ ਹਾਂ, ਅਤੇ ਸਾਨੂੰ ਉਹਦਾ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ। ਆਪਾਂ ਇਹ ਗੇਟ 'ਚ ਐਂਟਰ ਹੋਏ ਸੀਗੇ, ਰਿਕੀ ਵੀਡੀਓ ਦੇ ਵਿੱਚ ਆਊਗਾ, ਆਪਾਂ ਨੂੰ ਯਾਦ ਆ ਜਿੱਤੇ ਆਪਾਂ ਉੱਥੋਂ ਐਗਜ਼ਿਟ ਨਿਕਲ ਕੇ ਗੱਡੀ ਫੜਨੀ ਆ ਆਪਣੀ, ਠੀਕ ਆ। ਨਹੀਂ ਫਿਰ ਆਪਾਂ ਇੱਕ ਵਾਰ ਮੈਂ ਖੋ ਗਿਆ ਸੀਗਾ, 6ਵੀਂ ਫਲੋਰ 'ਤੇ ਲਿਫਟ ਨਹੀਂ ਆਉਂਦੀ ਸੀਗੀ, ਮੈਂ ਥੱਲੇ ਗੱਡੀ ਲੱਭੀ ਆ ਕਿੰਨੀ ਦੇਰ, ਮੈਨੂੰ ਆਵਾਜ਼ ਸੁਣੇ ਜਦ ਮੈਂ ਬਟਨ ਦੱਬਾਂ, ਮੈਨੂੰ ਗੱਡੀ ਨਾ ਲੱਭੇ ਨਾ ਮੈਨੂੰ ਨੰਬਰ ਲੱਭੇ। ਹੁਣ ਮੈਂ ਉਹ ਵੀ ਪ੍ਰੈਕਟਿਸ ਕਰ ਰਹੀ ਸੀ, ਸੜਕ ਨੀ ਕ੍ਰੋਸ ਕਰਨੀ ਹੈਗੀ, ਮੈਂ ਖੜ ਗਿਆ ਉਧਰ, ਪਿੱਕੇ ਵਾਲਾ ਵੀ ਖੜ ਗਿਆ, ਕਹਿੰਦੀ ਹੁਣ ਮੈਂ ਇੰਡੀਆ ਚੱਲੀ ਆ, ਹੋਰ ਕਿਤੇ ਇੰਡੀਆ, ਮੈਂ ਗਲਤੀ ਨਾਲ ਨਿਕਲ, ਮੈਂ ਵੀ ਸੋਚਾਂ ਕਿ ਉਹ ਮੇਰੀ ਵੇਟ ਕਰੂਗਾ ਗੱਡੀ ਵਾਲਾ, ਮੈਂ ਲੱਗ ਜਾਵਾਂ, ਮੈਨੂੰ ਸਿੱਧਾ ਹੀ ਲਗਾ ਦੇਵੇ। ਪਹੁੰਚ ਗਏ ਜੀ ਇਤਿਹਾਦ ਏਅਰਲਾਈਨ 'ਤੇ, ਕਿਵੇਂ ਲੱਗ ਰਿਹਾ ਮੈਂ? ਹੁਣ ਠੀਕ ਹੋ ਗਿਆ ਮੂਡ ਥੋੜ੍ਹਾ ਜਿਹਾ ਨਾ, ਆਹ ਟਰਮੀਨਲ 'ਤੇ ਮੈਂ ਪਹਿਲੀ ਵਾਰ ਆਇਆ ਮੈਨੂੰ ਲੱਗਦਾ, 3 ਦੇ ਜਾ ਮੇਰਾ ਮੂਡ ਠੀਕ ਹੋਣ ਦਾ ਇੱਕ ਕਾਰਨ ਸੀ, ਮੈਂ ਵੀਡੀਓ 'ਚ ਦੱਸਣਾ ਨਹੀਂ ਆਏਗਾ, ਮੇਰੇ ਤੇ ਰਿੱਕੀ ਦੇ ਸਿੰਘ ਸਾਹਿਬ ਲਈ ਨਵੀਂ ਜੀ ਗੱਲ ਸੀਗੀ, ਮੈਂ ਦੇਖ ਰਹੀ ਸੀ ਵੀ ਆਹ ਕੀ ਆ। ਕਿਹੜੀ? ਪਾਕਿਸਤਾਨ ਏਅਰਲਾਈਨਸ? ਕਦੇ ਨਹੀਂ ਦੇਖੀ ਨਾ, ਕਦੇ ਜਹਾਜ਼ ਨਹੀਂ ਦੇਖਿਆ ਪਾਕਿਸਤਾਨ ਏਅਰਲਾਈਨ ਦਾ, ਪਹਿਲੀ ਵਾਰ ਦੇਖਿਆ। ਉਹ ਜੀ ਬੈਠਣ ਲੱਗੀ ਸੀ, ਮੈਂ ਕਿਹਾ ਉਹ ਵੀ ਉਹਨਾਂ ਦੀ ਆਰਮੀ ਦਾ ਹੀ ਹੋਣਾ, ਮੈਂ ਕਿਹਾ ਆਰਮੀ ਦਾ ਹੋਣਾ, ਉਹ ਵੀ ਪਾਕਿਸਤਾਨੀ ਆਰਮੀ ਦਾ ਹੀ ਹੋਣਾ, ਸਾਰਾ ਕੁਛ ਹੀ ਉਹਨਾਂ ਦਾ। ਚੈੱਕ ਇਨ ਕਰਾਉਂਦੇ ਹਾਂ, ਹਾਂ ਬਸ ਥੋੜ੍ਹੇ ਜਿਹੇ ਟਾਈਮ 'ਤੇ, ਹਾਂ ਰਹਿ ਪਾ, ਮੈਂ ਚਲੀ ਜਾਂਦਾ, ਮੈਂ ਜਮੀ ਜਾਣ ਨੂੰ ਤਿਆਰ ਹਾਂ, ਜੇ ਕੋਈ ਵੀਡੀਓ ਦੇਖਣ ਵਾਲਾ ਮੇਰੀ ਟਿਕਟ ਸਪੌਂਸਰ ਕਰ ਰਿਹਾ ਵਾ ਤਾਂ ਮੈਂ ਜਾ ਸਕਦਾ। ਹਾਂ ਕੀ ਕਰ ਰਹੇ, ਕਨੇਡਾ ਵਾਲਿਆਂ ਨੂੰ ਵੀ ਬੁਲਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਾਨ ਸਤਿਕਾਰ ਬਖਸ਼ਿਆ, ਤੁਸੀਂ ਚਿੰਤਾ ਨਾ ਕਰਿਓ, ਯਾਦ ਨਾ ਕਰਿਓ, ਵੀਡੀਓਸ ਦੇਖ ਲਿਆ ਕਰੋ ਜੇ ਯਾਦ ਹੋ ਇੰਡੀਆ ਦੀਆਂ। ਇੱਕੇ ਬੰਦਾ ਅਲਾਊਡ ਸੀਗਾ ਜੀ, ਸੋ ਰਿੱਕੀ ਬਾਹਰ ਰਹਿ ਲਿਆ, ਮੈਂ ਆ ਗਿਆ, ਫਿਰ ਚੈੱਕ ਇਨ ਕਰਾ ਕੇ ਆਪਾਂ ਤੁਰਦੇ ਹਾਂ। ਬੜਾ ਠੰਡਾ ਜਿਹਾ ਮਾਹੌਲ ਆ ਨਾ, ਉਹ ਬੈਗ ਵਾਲਾ ਘੈਂਟਾ। ਬੋਰਡਿੰਗ ਹੋ ਗਈ ਜੀ, 9:40 ਦਾ ਟਾਈਮ ਸੀਗਾ, ਪਰ ਚੈੱਕ ਇਨ ਹੋ ਗਿਆ, ਬੋਰਡਿੰਗ ਦਾ ਟਾਈਮ 8:30, 9:40 ਤੋਂ ਕਹਿੰਦੇ ਵੀ ਜਹਾਜ਼ ਉੱਡ ਪੈਣਾ ਵਾ ਸ਼ਹਿਰ ਤੋਂ, ਅਤੇ ਵਿੰਡੋ ਸੀਟ ਨਹੀਂ ਮਿਲੀ ਹੈਗੀ ਬੋਰਡਿੰਗ ਪਾਸ, ਆ ਪਹਿਲਾਂ ਮੈਂ ਲੱਗਦਾ 2 ਹੁੰਦੇ ਸੀ, ਹੁਣ ਸ਼ਾਇਦ 1 ਦਿੱਤਾ ਵਾ, ਅਤੇ ਜੀ ਸੀਟ ਮਿਲੀ, ਅੱਗੇ ਵੀ ਜੀ ਸੀਟ ਮਿਲੀ ਆ, ਉਹ ਹੀ ਐਂਟਰੀ ਆ। ਇਹ ਟਰਮੀਨਲ ਮੈਨੂੰ ਲੱਗਦਾ ਜਦ ਮੰਮੀ ਹੁਣ ਪਹਿਲੀ ਵਾਰ ਆਏ ਸੀ ਉਦੋਂ ਮੈਂ ਆਇਆ ਸੀ, ਨਹੀਂ ਤਾਂ ਮੈਨੂੰ ਉਸ 'ਤੇ ਫਰੀ ਦੇ ਹੁੰਦਾ, ਵੰਨ 'ਤੇ ਪਹਿਲੀ ਵਾਰ ਆਉਣਾ, ਪੂਰੇ ਜ਼ਿਆਦਾ ਰੌਣਕ ਮੇਲਾ ਲੱਗਿਆ ਹੋਇਆ। ਮੈਨੂੰ ਪਤਾ ਕੀ ਲੱਗਦਾ ਵਾ ਵੀ ਜਦੋਂ ਆਪਾਂ ਘਰੇ ਤੁਰਨਾ ਹੁੰਦਾ ਉਦੋਂ ਰੋਣਾ ਆਉਂਦਾ ਹੁੰਦਾ, ਜਾਂ ਜਦੋਂ ਇੱਥੋਂ ਫਰੀ ਹੋ ਜਾਂਗੇ ਉਦੋਂ ਰੋਣਾ ਆਉਂਦਾ, ਉੱਥੇ ਇਕੱਲੀ ਬੈਠੀ ਹੋਏਗੀ ਫੇਰ ਚੱਲ ਪਾਉਣਾ ਮਕਾਨ, ਨਹੀਂ ਉਦੋਂ ਆਉਂਦਾ ਹੁੰਦਾ, ਇੰਡੀਆ ਤੋਂ ਵੀ ਆਈ ਹੋਇਆ ਸੀਗਾ, ਜਦੋਂ ਐਂਟਰੀ ਕਰਨੀ ਹੁੰਦੀ ਆ ਉਦੋਂ ਬੰਦਾ ਬਿਜ਼ੀ ਕਾਲੀ ਜਾਂ ਹੁੰਦੀ ਆ ਵੀ, ਹਾਂ ਛੇਤੀ ਛੇਤੀ ਹੋ ਜਾਵੇ, ਰੰਦੀ ਦੀ ਵੀਡੀਓ ਭੇਜ ਦੇ। ਪਰ ਹੁਣ ਮੇਰਾ ਮਨ ਦੁਖੀ ਹੋ ਰਿਹਾ, ਪਰ ਹਾਲੇ 6:30 ਹੋਏ ਨੇ, 8:30 ਬੋਰਡਿੰਗ ਸਟਾਰਟ ਹੋਣੀ, ਸੋ ਮੈਂ ਕੋ
2 ਘੰਟੇ ਮੈਂ ਪੌਣੀ ਦੇਰ ਖੜ ਵੀ ਸਕਦੇ ਤੇਰੇ ਨਾਲ ਕਰਨਾ ਅੱਧਾ ਘੰਟਾ ਸੀ ਪਰ ਤੂੰ ਅੰਦਰ ਚਲੀ ਜਾ ਆਰਾਮ ਨਾਲ ਕੁਰਸੀ ਕਰ ਸਕਦੇ ਕਿ ਕਈ ਵਾਰ ਅੱਗੇ ਵੀ ਜ਼ਿਆਦਾ ਭੀੜ ਹੁੰਦੀ ਹੈ ਪਹਿਲਾਂ ਜਾਏਗੀ ਕੁਰਸੀ ਕਰ ਸਕਦੇ ਜੀ ਹੁਣ ਆਪਾਂ ਬਾਏ ਬਾਏ ਕਰਦੇ ਹਾਂ ਖਾਲੀ ਚੱਲ ਇਹਨੂੰ ਬਾਅਦ ਨੂੰ ਸਾਈਡ ਤੇ ਲਾਉਂਦਾ ਆਪਾਂ ਲਾ ਲਾਂਗੇ ਓਕੇ ओके बाय महक आपे उत्थे तक छड्ड के आने आ हुण मेहता है किन्नी देर हो गई बाय रिकी जबी जबी पा कोल्ड हार्ट बंदे ने दोने नो इमोशंस रोटी बनी हुई है कल दी सब्जी बनी हुई है बाद पता लगूगा चल ओके बाय पासपोर्ट भी तेन कढ़ना पैना थोड़ी थोड़ी देर बाद ओके बाय 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 मैं चली जी गेट सी ते जाना ते आपां भी चलते हैं बड़ी लेट कहन होना बाकी फोन पर अपडेट देंदे रहो सारा कुछ बहुत वधिया टाइम नाल हो गया आपां ही वापस एयरपोर्ट ते आ गए क्योंकि टाइम इन्ना घट लग्या ते फटाफट फिर सानू जिथे असी गड्डी लाई सी उस जगह ते बस पहुँचने वाली हाँ सानू याद ही सी ऑलमोस्ट ते मैं कहता काम भी समूथ रहा कोई बाली भीड़ नहीं सी चैक इन ते कई बार जमी भीड़ नहीं होंदी कई बार पिछली बार मैंने 1.5-2 घंटे खड़ना पैसे इंडिया तो आए थे उदो बहुत ज़्यादा टाइम खड़ना पैया भज के असी फ्लाइट फड़ी सी सो टाइम टाइम की गल अज वधिया हो गया थोड़ी नर्वस ही भी सी थोड़ी सैड जी भी सी थोड़ी जी खुश भी सी मिक्स फीलिंग सूँ ए भी सीगा भी तुम भी चलो नाल भी फिर वधिया रहूगा भी उरे रोटी पानी का किमें करेंगे मैं कोई चक्कर नहीं है वो आप ही कर लेना वा डोंट यू वरी अबाउट दैट आ थले मैं लगता इन्हों की चैकिन वाले की लाइन लगी हुई है यार किन की लाइन सॉरी चैकिन वाले की अराइवल वाले की लाइन लगी हुई है मैं लगता थले ओह माई गॉड आ जी एयरपोर्ट तो बहुत बाहर की लाइन है ये अराइवल वाले की लाइन वो पिछे तक पूरा ट्रैफिक जाम हो गया अरे जी पहुँच गए सूरज हले खड़ा ही आ मैं कहती भी सारा कुछ हो गया जिते बोर्डिंग होनी है उत्थे पहुँच गई हले आलमोस्ट मैं लगता 7 बजे ने 7 भी नहीं शायद बजे तो 1.5 घंटा वो है आराम उत्थे बैठोगी रिलैक्स करोगे तो फोन आया सीगा फोन लाया मैंने दूजा नंबर भी लै गई मेरा जिद उत्ते इंडिया वाला नंबर सीगा तो व्हाट्सएप पर कॉल आई रविंदर सिंह के नाम तो मैं यार नंबर भी सेव आ भी ये किमें कॉल आ गई मेरे दिमाग च भी नहीं आया है तो वो उत्ते डीपी के उत्ते लिखा हुआ कृपा करके मैसेज करो जी मैं क्या यार भी बंदा आप तो ए लिखा हुआ मैसेज करो आप मैंने फोन करी जाता फिर यार दोबारा कॉल फिर मेरे दिमाग चाहिए मैं क्या मैं कौन ही एकदम फिर मैं उन्होंने कॉल बैक की कहें सारा कुछ ठीक हो गया मैं पहुँच गई कहती कुछ एडा सीगा नहीं सीन फटाफट हो ही गया सारा कुछ तो मैं आ नवा खेस पिया पिछे इन धुप्पे पाया सीगा मैं कह सी धुप्पे पा लियो तो हूँ अज तो फिर काइंड ऑफ सिंगल लाइफ तो कह नहीं सकते कि कल्ले बंदे वाली हो गई अपना कामयाब करना पैना थोड़ा अजीब भी लग रहा वा पर कोई गल नहीं।